5 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਅਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ। ਠੀਕ ਹੈ, ਘੰਟੇ 'ਚ ਅਸੀਂ ਇੱਥੇ ਪਹੁੰਚੇ ਹਾਂ 10 ਮਿੰਟ ਅਤੇ ਗੱਡੀ ਤੋਂ ਸਾਨੂੰ ਸਾਨੂੰ ਤਾਂ ਆਪ ਨਹੀਂ ਪਤਾ, ਸਾਰੇ ਬੰਦੇ ਘੱਟ ਤੋਂ ਘੱਟ ਕਈਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਜਿੱਦਾਂ ਸੁੱਤੇ ਪਏ ਇਹ ਤਾਂ ਵਿੱਚ ਜਗਦੇ ਵੀ ਇਹਨੂੰ ਰੌਲੀ ਪੈ ਗਈ, ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਹੈ ਅਤੇ ਉਹਦੇ ਪਤਾ ਲੱਗਿਆ ਜਦੋਂ ਹਾਂ ਆਹ ਬੱਚੀ ਹੈ ਗੱਡੀ। ਠੀਕ ਹੈ, ਅਤੇ ਕਿੰਨਾ ਕੁ ਨੁਕਸਾਨ ਨੁਕਸਾਨ ਤੁਹਾਡੇ ਸਾਹਮਣੇ ਸਰ ਇੱਕ ਦੋ ਡੈਡ ਵੀ ਹੋ ਗਏ ਅਤੇ ਬਾਕੀ ਸਾਰੇ ਜ਼ਖਮੀ ਹੈ, ਜ਼ਖਮੀ ਬਹੁਤ ਹੈ ਜਿਹਨਾਂ ਨੂੰ ਹੁਣ ਹਸਪਤਾਲ ਲੈ ਗਏ ਆ, ਘੱਟੋ ਘੱਟ 10-12 ਜਿਹੜੇ ਜ਼ਖਮੀ ਹੈ 10 ਹੋਣੇ ਆ ਜਿਹੜੇ ਹਸਪਤਾਲ ਲੈ ਗਏ। ਆਪਣਾ ਕੀ ਨਾਮ? ਮੇਰਾ PSI ਜਤਿੰਦਰ ਸਿੰਘ ਮੇਰਾ ਨਾਮ ਹੈ, ਮੈਂ ਜਲੰਧਰ ਚੌਥੇ ਦਾ ਸੀਗਾ। ਕਿਹੜੀ ਜਗ੍ਹਾ ਤੋਂ ਭਾਅ ਜੀ ਆ ਰਹੇ, ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ? ਅਸੀਂ ਜਲੰਧਰ ਡਿਊਟੀ ਵਾਸਤੇ ਗੁਰਦਾਸਪੁਰ ਜਾ ਰਹੇ, ਜਲੰਧਰੋਂ ਆਏ ਨੇ। ਪੰਜ ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਅਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ। ਠੀਕ ਹੈ, ਘੰਟੇ 'ਚ ਅਸੀਂ ਇੱਥੇ ਪਹੁੰਚੇ ਹਾਂ 10 ਮਿੰਟ ਅਤੇ ਗੱਡੀ ਤੋਂ ਸਾਨੂੰ ਤਾਂ ਆਪ ਨਹੀਂ ਪਤਾ, ਸਾਰੇ ਬੰਦੇ ਘੱਟ ਤੋਂ ਘੱਟ ਕਈਆਂ ਦੀ ਅੱਖਾਂ ਲੱਗੀਆਂ ਹੋਈਆਂ ਜਿੱਦਾਂ ਸੁੱਤੇ ਪਏ ਇਹ ਤਾਂ ਵਿੱਚ ਜਗਦੇ ਵੀ ਇਹਨੂੰ ਰੌਲੀ ਪੈ ਗਈ, ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਹੈ ਅਤੇ ਉਹਦੇ ਪਤਾ ਲੱਗਿਆ ਜਦੋਂ ਕਿ ਬੱਚੀ ਹੈ ਗੱਡੀ। ਠੀਕ ਹੈ, ਅਤੇ ਕਿੰਨਾ ਕੁ ਨੁਕਸਾਨ? ਨੁਕਸਾਨ ਤੁਹਾਡੇ ਸਾਹਮਣੇ ਸਰ ਇੱਕ ਦੋ ਡੈਡ ਵੀ ਹੋ ਗਏ ਅਤੇ ਬਾਕੀ ਸਾਰੇ ਜ਼ਖਮੀ ਹੈ, ਜ਼ਖਮੀ ਬਹੁਤ ਹੈ ਜਿਹਨਾਂ ਨੂੰ ਹੁਣ ਹਸਪਤਾਲ ਲੈ ਗਏ ਆ, ਘੱਟੋ ਘੱਟ 10-12 ਜਿਹੜੇ ਜ਼ਖਮੀ ਹੈ 10 ਹੋਣੇ ਆ ਜਿਹੜੇ ਹਸਪਤਾਲ ਲੈ ਗਏ। ਆਪਣਾ ਕੀ ਨਾਮ? ਮੇਰਾ PSI ਜਤਿੰਦਰ ਸਿੰਘ ਮੇਰਾ ਨਾਮ ਹੈ, ਮੈਂ ਜਲੰਧਰ ਚੌਥੇ ਦਾ। ਕਿਹੜੀ ਜਗ੍ਹਾ ਤੋਂ ਭਾਅ ਜੀ ਆ ਰਹੇ, ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ? ਅਸੀਂ ਜਲੰਧਰ ਡਿਊਟੀ ਵਾਸਤੇ ਗੁਰਦਾਸਪੁਰ ਜਾ ਰਹੇ, ਜਲੰਧਰੋਂ ਆਏ ਨੇ।